ਹੈਲੋ ਸਟੂਡੈਂਟ ਹਾਊ ਆਰ ਯੂ ਦੇਖੋ ਧਿਆਨ ਨਾਲ ਅਸੀਂ ਕਰਦੇ ਪਏ ਸੀ ਰਿਲੇਸ਼ਨ ਐਂਡ ਫੰਕਸ਼ਨ ਹੁਣ ਅਸੀਂ ਅੱਗੇ ਕਰਾਂਗੇ ਨੈਕਸਟ ਟੋਪਿਕ ਹੈ ਸਾਡਾ ਇਸੇ ਦੇ ਵਿੱਚ ਰਿਲੇਸ਼ਨ ਐਂਡ ਫੰਕਸ਼ਨ ਦੇ ਵਿੱਚ ਫੰਕਸ਼ਨ ਟੋਪਿਕ ਹੈ ਦੇਖੋ ਧਿਆਨ ਨਾਲ ਫੰਕਸ਼ਨ ਕੀ ਹੁੰਦੇ ਆ ਥੋੜ੍ਹਾ ਬਹੁਤ ਮੈਂ ਤੁਹਾਨੂੰ ਰਿਲੇਸ਼ਨ ਨੂੰ ਕਰਾਉਂਦੇ ਹੋਏ ਨਾਲ ਨਾਲ ਦੱਸਿਆ ਸੀਗਾ ਜੀ ਠੀਕ ਹੈ ਦੇਖੋ ਧਿਆਨ ਨਾਲ ਇੰਟਰੋਡਕਸ਼ਨ ਪੜ੍ਹਦੇ ਹਾਂ ਦੀ ਵਰਡ ਫੰਕਸ਼ਨ ਵਾਜ ਇੰਟਰੋਡਿਊਸ ਬਾਏ ਲੈਬਨਿਟ ਲੈਬਨਿਟ ਇੱਕ ਕੀ ਹੋਇਆ ਵਾ ਮੈਥਮੈਟੀਸ਼ੀਅਨ ਹੋਇਆ ਵਾ ਉਹਦੀ ਸ਼ਾਇਦ ਇੱਥੇ ਪਿੱਕ ਵੀ ਲੱਗੀ ਹੋਊਗੀ ਲੈਬਨਿਟ ਠੀਕ ਹੈ ਇਹ ਹੈਗਾ ਵਾ ਲੈਬਨਿਟ ਲੈਬਨਿਟ ਕਹਿੰਦਾ ਵਾ ਫੰਕਸ਼ਨ ਮੀਨਸ ਏ ਕੁਆਂਟਿਟੀ ਕਹਿੰਦਾ ਵੀ ਇੱਕ ਕੁਆਂਟਿਟੀ ਹੈ ਫੰਕਸ਼ਨ ਵਿੱਚ ਡਿਪੈਂਡਸ ਔਨ ਦਾ ਵੇਰੀਏਬਲ ਕਿਹਦੇ ਤੇ ਡਿਪੈਂਡ ਕਰਦਾ ਵਾ ਵੇਰੀਏਬਲ ਤੇ ਡਿਪੈਂਡ ਕਰਦਾ ਆਪਾਂ ਥੋੜ੍ਹੀ ਅੱਗੇ ਗੱਲ ਵੀ ਕੀਤੀ ਫੰਕਸ਼ਨ ਕੀ ਸੀਗਾ ਵਾਈ ਇਜ਼ ਇਕੁਅਲ ਟੂ ਐਫ ਆਫ ਐਕਸ ਮੀਨਸ ਵਾਈ ਇਜ਼ ਇਕੁਅਲ ਟੂ ਐਕਸ ਸਕੇਅਰ ਪਲੱਸ ਵਨ ਠੀਕ ਹੈ ਇਹ ਕੀ ਹੈ ਇੱਕ ਕੁਆਡਰੇਟਿਕ ਇਕੁਏਸ਼ਨ ਹੈ ਕਿਹਦੇ ਵਿੱਚ ਇੱਕ ਵੇਰੀਏਬਲ ਕਿਹੜਾ ਵਾ ਐਕਸ ਠੀਕ ਹੈ ਕੀ ਹੈ ਉਹ ਕਹਿੰਦੇ ਫੰਕਸ਼ਨ ਮੀਨਸ ਦਾ ਕੁਆਂਟਿਟੀ ਇੱਕ ਕੁਆਂਟਿਟੀ ਹੋਊਗੀ ਵਿੱਚ ਡਿਪੈਂਡਸ ਕਿਸ ਤੇ ਡਿਪੈਂਡ ਕਰੂਗੀ ਵੇਰੀਏਬਲ ਤੇ ਕਿਵੇਂ ਡਿਪੈਂਡ ਕਰੂਗੀ ਮੰਨ ਲਓ ਐਕਸ ਵਨ ਭਰਤੀ ਵਨ ਸਕੇਅਰ ਪਲੱਸ ਵਨ ਟੂ ਹੋ ਗਿਆ ਠੀਕ ਹੈ ਜੇ ਟੂ ਭਰਿਆ ਤਾਂ ਟੂ ਸਕੇਅਰ ਪਲੱਸ ਵਨ ਫੋਰ ਪਲੱਸ ਵਨ ਫਾਈਵ ਹੋ ਗਿਆ ਠੀਕ ਹੈ ਤਾਂ ਕਿਹਦੇ ਤੇ ਡਿਪੈਂਡ ਕਰਦੀ ਪਈ ਹੈ ਠੀਕ ਹੈ ਕੋਈ ਬੀ ਐਲੀਮੈਂਟ ਹੈ ਜਿਹਦੇ ਵਿੱਚ ਥ੍ਰੀ ਇਲੈਵਨ 17, 21 ਤੇ 24 ਐਲੀਮੈਂਟ ਆ ਠੀਕ ਹੈ ਵੀ ਐਸੋਸੀਏਟ ਏ ਵਿਦ ਏ ਵੀ ਰਾਈਟ ਏ ਟੂ ਏ ਮੰਨ ਲਓ ਏ ਜਿਹੜਾ ਜਿਵੇਂ ਆ ਇੱਕ ਫੰਕਸ਼ਨ ਬਣ ਗਿਆ ਏ ਇੱਕ ਫੰਕਸ਼ਨ ਬਣ ਗਿਆ ਇਹ 'ਚ ਏ ਬੀ ਤੇ ਸੀ ਐਲੀਮੈਂਟ ਆ ਠੀਕ ਹੈ ਉਹਦੇ ਵਿੱਚ ਕੋਈ 3, 11, 17 ਇਹਦਾ ਫੰਕਸ਼ਨ ਹੈ ਏ ਇਹਦੇ ਨਾਲ ਬੀ ਇਹਦੇ ਨਾਲ ਸੀ ਇਹਦੇ ਨਾਲ ਜਿਵੇਂ ਠੀਕ ਹੈ ਇਹਦੇ ਵਿੱਚ ਏ ਇਹਨਾਂ ਨੇ ਕਿਹਨੂੰ ਮਿਲਾਇਆ ਵਾ 11 ਨੂੰ ਠੀਕ ਹੈ ਜੀ ਅਤੇ ਬੀ ਕਿਹਨੂੰ ਮਿਲਾਇਆ ਹੋਇਆ ਵਾ ਬੀ ਇਹਦੇ ਵਿੱਚ 21 ਨੂੰ ਸੀ ਇਹ ਕੋਈ ਨਾ ਕੋਈ 3 ਨੂੰ ਠੀਕ ਹੈ ਇੱਦਾਂ ਕੀ ਹੈ ਉਹ ਕਹਿੰਦੇ ਇੱਕ ਦੀ ਇੱਕ ਐਸੋਸੀਏਟ ਕਰਕੇ ਵੈਲਿਊ ਬਣਦੀ ਹੈ ਠੀਕ ਹੈ ਉਹਨੂੰ ਕਹਿੰਦੇ ਆ ਇਸ ਤਰ੍ਹਾਂ ਇੱਕ ਐਲੀਮੈਂਟ ਦੀ ਇੱਕ ਇਮੇਜ ਬਣਦੀ ਹੈ ਠੀਕ ਹੈ ਤਾਂ ਦੇਖੋ ਧਿਆਨ ਨਾਲ ਉਹ ਕਹਿੰਦੇ ਵੀ ਰਾਈਟ ਜਿਵੇਂ ਇੱਥੇ ਪੜ੍ਹਦੇ ਇਨ ਦਾ ਐਸੋਸੀਏਸ਼ਨ ਈਚ ਆਫ ਐਲੀਮੈਂਟ ਏ ਹੈਜ਼ ਐਸੋਸੀਏਟਡ ਵਿਦ ਦੀ ਸਮ ਆਫ ਐਲੀਮੈਂਟ ਆਫ ਬੀ ਕਿਸੇ ਨਾ ਕਿਸੇ ਐਲੀਮੈਂਟ ਬੀ ਨਾਲ ਮੋਰ ਏਵਰ ਨੋ ਐਲੀਮੈਂਟ ਆਫ ਏ ਹੈਜ਼ ਬੀਨ ਐਸੋਸੀਏਟ ਵਿਦ ਮੋਰ ਦੈਨ ਵਨ ਐਲੀਮੈਂਟ ਆਫ ਬੀ ਠੀਕ ਹੈ ਕਿਉਂਕਿ ਇੱਕ ਜਿਹੜਾ ਐਲੀਮੈਂਟ ਆ ਇੱਕ ਤੋਂ ਵੱਧ ਐਲੀਮੈਂਟ ਨੂੰ ਨਹੀਂ ਐਸੋਸੀਏਟ ਕਰੂਗਾ ਇੱਕ ਹੀ ਐਲੀਮੈਂਟ ਨੂੰ ਕਰੂਗਾ ਸੱਚ ਐਸੋਸੀਏਟ ਇਜ਼ ਬਿਟਵੀਨ ਏ ਐਂਡ ਬੀ ਇਜ਼ ਕਾਲਡ ਦੀ ਫੰਕਸ਼ਨ ਫਰੋਮ ਸੈੱਟ ਏ ਟੂ ਦਾ ਸੈੱਟ ਬੀ ਦੀ ਫੰਕਸ਼ਨ ਯੂਜਲੀ ਡਿਨੋਟਡ ਬਾਏ ਐਫ ਜੀ ਐਂਡ ਐਚ ਠੀਕ ਹੈ ਧਿਆਨ ਨਾਲ ਦੇਖਿਓ ਹੁਣ ਆਪਾਂ ਮੈਪਿੰਗ ਕਰਾਂਗੇ ਮੈਪਿੰਗ ਕੀ ਹੁੰਦੀ ਹੈ ਮੈਪਿੰਗ ਇਹਨੂੰ ਕਹਿੰਦੇ ਆ ਮੈਪਿੰਗ ਮੈਪਿੰਗ ਕੀ ਹੁੰਦੀ ਹੈ ਫੰਕਸ਼ਨ ਏ ਮੈਪਿੰਗ ਬੀ ਇਹਨੂੰ ਕਹਿੰਦੇ ਆ ਮੈਪਿੰਗ ਕਰਨੀ ਮੀਨਸ ਏ ਤੋਂ ਬੀ ਤੱਕ ਜਾਣਾ ਏ ਔਰ ਏ ਪਾਇਆ ਏ ਟੂ ਬੀ ਇਫ ਐਫ ਇਜ਼ ਫੰਕਸ਼ਨ ਸੈੱਟ ਏ ਟੂ ਦਾ ਸੈੱਟ ਬੀ ਠੀਕ ਹੈ ਫਰੋਮ ਦਾ ਫੰਕਸ਼ਨ ਦੀ ਸੈੱਟ ਏ ਫਰੋਮ ਫੰਕਸ਼ਨ ਹੈ ਜਿਹੜਾ ਉਹ ਏ ਤੋਂ ਸ਼ੁਰੂ ਹੋਣਾ ਟੂ ਦੀ ਸੈੱਟ ਬੀ ਬੀ ਤੱਕ ਜਾਣਾ ਏ ਸੈੱਟ ਦੀ ਸੈੱਟ ਏ ਸੈੱਟ ਟੂ ਬੀ ਡੋਮੇਨ ਜਿਹੜਾ ਏ ਸੈੱਟ ਹੋਊਗਾ ਉਹ ਕੀ ਹੋਊਗੀ ਡੋਮੇਨ ਹੋਊਗੀ ਜਿਵੇਂ ਇਹ ਆ ਠੀਕ ਹੈ ਇੱਕ ਇਹਦੀ ਇੱਕ ਇਮੇਜ ਬਣੀ ਇਹਦੀ ਵੀ ਇੱਕ ਇਮੇਜ ਬਣੀ ਇਹਦੀ ਵੀ ਇੱਕ ਇਮੇਜ ਬਣੀ ਇਹਦੀ ਵੀ ਇੱਕ ਇਮੇਜ ਬਣੀ ਉੱਥੇ ਕੋਈ ਫੰਕਸ਼ਨ ਰਹਿ ਜਾਵੇ ਕੋਈ ਐਲੀਮੈਂਟ ਰਹਿ ਜਾਵੇ ਕੋਈ ਪ੍ਰੋਬਲਮ ਨਹੀਂ ਬਟ ਐਕਸ ਦੇ ਸਾਰੇ ਐਲੀਮੈਂਟ ਆ ਜਿਹੜੇ ਉਹ ਇੱਕ ਇੱਕ ਇਮੇਜ ਉੱਧਰ ਬਣਾਉਂਦੇ ਹੋਣੇ ਚਾਹੀਦੇ ਆ ਠੀਕ ਹੈ ਤਾਂ ਇਹ ਵਾਲਾ ਫੰਕਸ਼ਨ ਆ ਜਿਹੜਾ ਇਹ ਮੈਪਿੰਗ ਵਨ ਵਨ ਮੈਪਿੰਗ ਹੁੰਦੀ ਪਈ ਹੈ ਇੱਕ ਨਾਲ ਇੱਕ ਠੀਕ ਹੈ ਇਹਨੂੰ ਕਹਿੰਦੇ ਮੈਪਿੰਗ ਹੋਣੀ ਫੰਕਸ਼ਨ ਦਾ ਫੰਕਸ਼ਨ ਨਾਲ ਰਲਣਾ ਠੀਕ ਹੈ ਜੀ ਜਿਵੇਂ ਆਪਾਂ ਡੋਮੇਨ ਅਰੇਂਜ ਕੀਤੀ ਜਿਵੇਂ ਦੇਖੋ ਇੱਧਰ ਜਿਹੜੇ ਐਕਸ ਦੇ ਵਿੱਚ ਜਿਹੜੀਆਂ ਵੈਲਿਊਸ ਭਰੀਆਂ ਉਹ ਕੀ ਹੈ ਡੋਮੇਨ ਜਿਹੜੀਆਂ ਆਂਸਰ ਆਇਆ ਉਹ ਕੀ ਹੈ ਰੇਂਜ ਠੀਕ ਹੈ ਇਹਨੂੰ ਕਹਿੰਦੇ ਆ ਡੋਮੇਨ ਐਂਡ ਰੇਂਜ ਦੇਖੋ ਧਿਆਨ ਨਾਲ ਸੈੱਟ ਟੂ ਬੀ ਏ ਸੈੱਟ ਟੂ ਬੀ ਡੋਮੇਨ ਦੀ ਫੰਕਸ਼ਨ ਵੀ ਸੈੱਟ ਟੂ ਬੀ ਰੇਂਜ ਰੇਂਜ ਸਪੇਸ ਜਾਂ ਰੇਂਜ ਆਫ ਦਾ ਫੰਕਸ਼ਨ ਠੀਕ ਹੈ ਵੀ ਐਲੀਮੈਂਟ ਵਾਈ ਆਫ ਦਾ ਸੈੱਟ ਬੀ ਵਿੱਚ ਐਸੋਸੀਏਟ ਵਿਦ ਦੀ ਐਲੀਮੈਂਟ ਆਫ ਐਕਸ ਆਫ ਸੈੱਟ ਏ ਯੂਜਲੀ ਡਿਨੋਟਡ ਬਾਏ ਐਫ ਆਫ ਐਕਸ ਠੀਕ ਹੈ ਵਾਈ ਨੂੰ ਕੀ ਲਿਖਦੇ ਵਾਈ ਇਜ਼ ਇਕੁਅਲ ਟੂ ਐਫ ਆਫ ਐਕਸ ਠੀਕ ਹੈ ਦੀ ਐਲੀਮੈਂਟ ਆਫ ਐਫ ਆਫ ਐਕਸ ਸੈੱਟ ਟੂ ਬੀ ਵੈਲਿਊ ਆਫ ਦਾ ਫੰਕਸ਼ਨ ਐਫ ਐਫ ਆਫ ਐਕਸ ਕੀ ਹੈ ਵੈਲਿਊ ਆ ਠੀਕ ਹੈ ਐਫ ਆਫ ਐਕਸ ਕੀ ਹੁੰਦਾ ਐਫ ਆਫ ਐਕਸ ਜਿਵੇਂ ਮੰਨ ਲਓ ਆਪਾਂ ਹੁਣ ਐਗਜ਼ਾਮਪਲ ਹੀ ਐਕਸ ਸਕੇਅਰ ਪਲੱਸ ਵਨ ਇਜ਼ ਇਕੁਅਲ ਟੂ ਐਫ ਆਫ ਐਕਸ ਕਿਹਦੇ ਬਰਾਬਰ ਹੈ ਵਾਈ ਦੇ ਵਾਈ ਭਰਿਆ ਵਾਈ ਦੀ ਵੈਲਿਊ ਆਉਂਦੀ ਹੈ ਕਿਹਦੇ ਕੀ ਭਰਿਆ ਐਕਸ ਭਰਿਆ ਐਕਸ ਭਰਿਆ ਜਿਹੜੀ ਚੀਜ਼ ਐਕਸ ਭਰੀ ਆ ਉਹ ਕੀ ਸਾਡੀ ਡੋਮੇਨ ਠੀਕ ਹੈ ਵਾਈ ਸਾਡੀ ਰੇਂਜ ਆ ਰੇਂਜ ਕਿਉਂ ਆ ਕਿਉਂਕਿ ਵਾਈ ਜਿਹਦੇ ਬਰਾਬਰ ਆਉਣਾ ਮੰਨ ਲਓ ਅਸੀਂ ਡੋਮੇਨ ਦੋ ਭਰੀ ਰੇਂਜ ਸਾਡੇ ਕੋਲ ਆਊਗੀ ਦੋ ਦਾ ਸਕੇਅਰ ਪਲੱਸ ਇੱਕ ਪੰਜ
ਠੀਕ ਹੈ ਤਾਂ ਰੇਂਜ ਸਾਡੇ ਕੋਲ ਕਿੰਨੀ ਆਈ 5 ਠੀਕ ਹੈ ਤਾਂ ਇਦਾਂ ਉਹਦੀ ਕੀ ਨਿਕਲ ਆਉਂਦੀ ਹੈ ਇਹ ਵੈਲਿਊ ਨਿਕਲ ਆਉਂਦੀ ਹੈ ਠੀਕ ਹੈ ਹੁਣ ਦੇਖੋ ਇੱਕ ਹੋਰ ਚੀਜ਼ ਹੁੰਦੀ ਹੈ ਐਲੀਮੈਂਟ ਐਫ ਆਫ ਐਕਸ ਇਜ਼ ਔਰ ਦਾ ਵੈਲਿਊ ਆਫ ਦਾ ਫੰਕਸ਼ਨ ਐਕਸ ਔਰ ਇਹਨੂੰ ਕੀ ਕਹਿੰਦੇ ਆ ਇਮੇਜ ਆਫ ਐਕਸ ਅੰਡਰ ਐਫ ਦੀ ਆਲ ਵੈਲਿਊਜ਼ ਆਫ ਐਫ ਆਲ ਇਜ਼ ਕਾਲਡ ਰੇਂਜ ਔਰ ਇਮੇਜ ਸੈੱਟ ਆਫ ਦੀ ਫੰਕਸ਼ਨ ਐਫ ਠੀਕ ਹੈ ਦੀ ਐਲੀਮੈਂਟ ਐਕਸ ਇਜ਼ ਐਸੋਸੀਏਟ ਵਿਦ ਇਟਸੈਲਫ ਜੇ ਕਹਿੰਦੇ ਐਲੀਮੈਂਟ ਐਕਸ ਐਸੋਸੀਏਟ ਵਿਦ ਇਟਸੈਲਫ ਇੱਕ ਦੂਜੇ ਨਾਲ ਮਤਲਬ ਕਿ ਉਹ ਆਪਦੇ ਆਪ ਨਾਲ ਐਸੋਸੀਏਟ ਹੋ ਜਾਵੇ ਤਾਂ ਉਹਨੂੰ ਕਹਿੰਦੇ ਆ ਪ੍ਰੀ ਇਮੇਜ ਕੀ ਹੁੰਦੀ ਆ ਮੰਨ ਲਓ ਇੱਕ ਆਹ ਐਕਸ ਆ ਇਹ ਵਾਈ ਆ ਠੀਕ ਹੈ ਵਾਈ ਦੀ ਆ ਜਿਹੜੀ ਉਹ ਇਹਦੀ ਪ੍ਰੀ ਇਮੇਜ ਬਣ ਜਾਂਦੀ ਇਹ ਵਾਲੀ ਕਿਹਦੀ ਆ ਵਾਈ ਦੀ ਪ੍ਰੀ ਇਮੇਜ ਇਹ ਆ ਜਿੱਥੋਂ ਸ਼ੁਰੂ ਹੋਇਆ ਸੀ ਕੰਮ ਠੀਕ ਹੈ ਇਹਨੂੰ ਇਮੇਜ ਕਹਿ ਕੇ ਇਮੇਜ ਐਕਸ ਦੀ ਇਮੇਜ ਵਾਈ ਦੀ ਕੀ ਆ ਪ੍ਰੀ ਇਮੇਜ ਬਣ ਜਾਂਦੀ ਆ ਠੀਕ ਹੈ ਤਾਂ ਹੁਣ ਅੱਗੇ ਚੱਲਦੇ ਹਾਂ ਅਸੀਂ ਇਜ਼ ਕਾਲਡ ਐਲੀਮੈਂਟ ਐਕਸ ਦੇ ਐਲੀਮੈਂਟ ਕੀ ਆ ਪ੍ਰੀ ਇਮੇਜ ਔਰ ਇਨਵਰਸ ਆਫ ਕਿਹਦੇ ਇਨਵਰਸ ਆ ਵਾਈ ਦੇ ਇਨਵਰਸ ਠੀਕ ਹੈ ਐਕਸ ਦੇ ਕੀ ਆ ਐਕਸ ਦੀ ਪ੍ਰੀ ਇਮੇਜ ਆ ਇਨਵਰਸ ਇਮੇਜ ਕਿਹਦੀ ਆ ਵਾਈ ਦੀ ਠੀਕ ਹੈ ਇਸ ਐਕਸ ਇਜ਼ ਕਾਲਡ ਦੀ ਡੋਮੇਨ ਜਿਹੜੇ ਐਕਸ ਦੇ ਐਲੀਮੈਂਟ ਉਹ ਡੋਮੇਨ ਹੋਣਗੇ ਵਾਈ ਦੇ ਐਲੀਮੈਂਟ ਕੀ ਹੋਣਗੇ ਕੋ ਡੋਮੇਨ ਹੋਣਗੇ ਕੋ ਡੋਮੇਨ ਵੀ ਕਹਿ ਸਕਦੇ ਹਾਂ ਜਾਂ ਇਹਨੂੰ ਅਸੀਂ ਰੇਂਜ ਵੀ ਕਹਿ ਸਕਦੇ ਹਾਂ ਠੀਕ ਹੈ ਸੈੱਟ ਆਫ ਕੰਸੈਪਟ ਲੈਂਦੇ ਹਾਂ ਫੋਰ ਐਗਜ਼ਾਮਪਲ ਲੈਂਦੇ ਹਾਂ ਐਕਸ ਦੇ ਐਲੀਮੈਂਟ ਆ 1, 2, 3, 4 ਵਾਈ ਦੇ ਐਲੀਮੈਂਟ ਆ 2, 4, 6, 8, and 10 ਠੀਕ ਹੈ ਫਿਰ ਦਾ ਰੂਲ ਆਫ ਐਫ ਆਫ ਐਕਸ ਇਜ਼ ਐਸੋਸੀਏਟ ਦੀ ਐਲੀਮੈਂਟ ਆਫ ਐਕਸ ਆਫ ਐਲੀਮੈਂਟ ਐਕਸ ਇਜ਼ 2x ਫੰਕਸ਼ਨ ਕੀ ਦਿੱਤਾ ਹੈ ਐਫ ਆਫ ਐਕਸ ਇਜ਼ ਇਕੁਅਲ ਟੂ 2x ਦੀ ਫੰਕਸ਼ਨ ਐਕਸ ਟੂ ਵਾਈ ਦੀ ਰੂਲ ਰਿਟਨ ਐਜ਼ ਐਫ ਆਫ ਐਕਸ ਬਰਾਬਰ ਹੈ 2x ਇਜ਼ ਡਿਪਿਕਟਡ ਬਾਏ ਦਾ ਐਡਜੋਇਨਿੰਗ ਡਾਇਗਰਾਮ ਡਾਇਗਰਾਮ ਦੇ ਵਿੱਚ ਐਡਜੋਇਨ ਹੁੰਦਾ ਪਿਆ ਠੀਕ ਹੈ ਫੰਕਸ਼ਨ ਸਾਡੇ ਕੋਲ ਇਹਨੂੰ ਦਿੱਤਾ ਸੀ 2x ਠੀਕ ਹੈ ਧਿਆਨ ਨਾਲ ਦੇਖੋ ਕੀ ਦਿੱਤਾ ਹੋਇਆ ਵਾ 2x ਅਸੀਂ 1 ਭਰਿਆ 2 ਆ ਗਿਆ 2 ਭਰਿਆ 2 × 2 = 4 ਆ ਗਿਆ 3 ਭਰਿਆ 6 ਆ ਗਿਆ 4 ਭਰਿਆ 8 ਆ ਗਿਆ ਹਰੇਕ ਐਕਸ ਦੀ ਹਰੇਕ ਐਲੀਮੈਂਟ ਇੱਧਰ ਹਰੇਕ ਕਿਸੇ ਇੱਕ ਐਲੀਮੈਂਟ ਨਾਲ ਐਸੋਸੀਏਟਡ ਹੈ ਫੰਕਸ਼ਨ ਕੀ ਹੈ 1-1 ਫੰਕਸ਼ਨ ਹੁੰਦਾ ਇਹਨੂੰ ਕਹਿੰਦੇ ਆ ਫੰਕਸ਼ਨ ਜਦੋਂ ਇੱਦਾਂ ਦੀ ਕੰਡੀਸ਼ਨ ਬਣ ਜਾਵੇ ਉਹਨੂੰ ਕਹਿੰਦੇ ਆ 1-1 ਫੰਕਸ਼ਨ ਠੀਕ ਹੈ ਜੀ ਕਹਿੰਦੇ ਵੀ ਜੁਆਇਨਿੰਗ ਡਿਵਿਕਟਡ ਆਪਾਂ ਫੰਕਸ਼ਨ ਬਣਾਉਣਾ ਸਿੱਖਿਆ ਵੀ ਇਹਦੀ ਇੱਕ ਇੱਕ ਇਮੇਜ ਦੇ ਨਾਲ ਅਪਲਾਈ ਹੁੰਦੀ ਹੋਊਗੀ ਠੀਕ ਹੈ ਜੀ ਅੱਗੇ ਚੱਲਦੇ ਹਾਂ ਨੈਕਸਟ ਅਗਲੀ ਐਗਜ਼ਾਮਪਲ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਐਕਸ ਦੇ ਐਲੀਮੈਂਟ ਆ ਏ ਬੀ ਸੀ ਡੀ ਈ ਵਾਈ ਦੇ ਪੀ ਕਿਊ ਆਰ ਹੇਅਰ ਦਾ ਰੂਲ ਆਫ ਐਸੋਸੀਏਟਡ ਦੀ ਡਾਇਗਰਾਮ ਇਜ਼ ਨੋਟ ਫੰਕਸ਼ਨ ਫਰੋਮ ਐਕਸ ਟੂ ਵਾਈ ਠੀਕ ਹੈ ਡਾਇਗਰਾਮ ਬਣਾਈ ਵੀ ਇਜ਼ ਨੋਟ ਫੰਕਸ਼ਨ ਫੰਕਸ਼ਨ ਨਹੀਂ ਹੈਗਾ ਕਿਉਂ ਨਹੀਂ ਹੈਗਾ ਵੇਖਿਓ ਬਿਕੋਜ਼ ਆਫ ਐਲੀਮੈਂਟ ਏ ਐਂਡ ਸੀ ਇਨ ਐਕਸ ਹੈਜ਼ ਬੀਨ ਐਸੋਸੀਏਟ ਵਿਦ ਟੂ ਐਲੀਮੈਂਟ ਆਫ ਪੀ ਐਂਡ ਕਿਊ ਈਚ ਆਫ ਵਾਈ ਠੀਕ ਹੈ ਵੇਖੋ ਏ ਦੇ ਵਿੱਚ ਏ ਹੈ ਜਿਹੜਾ ਉਹ ਪੀ ਨੂੰ ਡਿਪਿਕਟ ਕਰਦਾ ਉਵੇਂ ਸੀ ਹੈ ਜਿਹੜਾ ਉਹ ਵੀ ਪੀ ਨੂੰ ਡਿਪਿਕਟ ਕਰਦਾ ਏ ਹੈ ਜਿਹੜਾ ਇੱਧਰੋਂ ਇੱਕ ਹੋਰ ਐਲੀਮੈਂਟ ਨੂੰ ਡਿਪਿਕਟ ਕਰੀ ਜਾਂਦਾ ਜਾਣੀ ਕਿ ਏ ਹੈ ਜਿਹੜਾ ਉਹ ਇੱਕ ਹੀ ਐਲੀਮੈਂਟ ਨੂੰ ਐਸੋਸੀਏਟ ਹੋਣਾ ਚਾਹੀਦਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਇਹ ਜਦੋਂ ਅਸੀਂ ਵੈਲਿਊ ਭਰਾਂਗੇ ਤਾਂ ਸਾਡੇ ਕੋਲ ਇੱਕੋ ਹੀ ਆਂਸਰ ਆਵੇ ਦੋ ਆਂਸਰ ਕਿਵੇਂ ਆ ਸਕਦੇ ਆ ਠੀਕ ਹੈ ਇਸ ਕਰਕੇ ਜਦੋਂ ਅਸੀਂ ਇੱਕ ਆਂਸਰ ਆਊਗਾ ਤਾਂ ਅਸੀਂ ਇਹ ਕਹਾਂਗੇ ਇਹ ਫੰਕਸ਼ਨ ਹੈ ਨਹੀਂ ਤਾਂ ਉਹ ਨਹੀਂ ਫੰਕਸ਼ਨ ਠੀਕ ਹੈ ਇਸ ਕਰਕੇ ਇਹ ਜਿਹੜੀ ਡਾਇਗਰਾਮ ਉਹ ਫੰਕਸ਼ਨ ਨਾ ਹੋਣ ਦੀ ਡਾਇਗਰਾਮ ਹੈ ਉਹ ਕਹਿੰਦੇ ਬਿਕੋਜ਼ ਕਿਉਂ ਆ ਉਹ ਕਹਿੰਦੇ ਏ ਹੈ ਐਂਡ ਸੀ ਹੈਜ਼ ਬੀਨ ਐਸੋਸੀਏਟ ਵਿਦ ਦਾ ਸੀ ਐਂਡ ਕਿਊ ਏ ਵੀ ਪੀ ਨੂੰ ਕਰੀ ਜਾਂਦਾ ਉਧਰੋਂ ਸੀ ਵੀ ਪੀ ਨੂੰ ਕਰੀ ਜਾਂਦਾ ਏ ਕਿਊ ਨੂੰ ਵੀ ਕਰੀ ਜਾਂਦਾ ਉਧਰੋਂ ਸੀ ਹੈ ਜਿਹੜਾ ਉਹ ਵੀ ਕਿਊ ਨੂੰ ਕਰੀ ਜਾਂਦਾ ਠੀਕ ਹੈ ਤਾਂ ਉਹ ਕੀ ਹੈ ਫੰਕਸ਼ਨ ਦੀ ਡੈਫੀਨੇਸ਼ਨ ਰੱਦ ਹੁੰਦੀ ਹੈ ਠੀਕ ਹੈ ਤਾਂ ਇਸ ਕਰਕੇ ਫੰਕਸ਼ਨ ਕਲੀਅਰ ਹੁੰਦਾ ਕੀ ਪੁਆਇੰਟਸ ਆ ਸਾਡੇ ਕੋਲ 3 ਪੁਆਇੰਟ ਹੈ ਟੂ ਈਚ ਐਲੀਮੈਂਟ ਐਕਸ ਇਨ ਐਕਸ ਦੇਅਰ ਐਗਜ਼ਿਸਟਸ ਯੂਨੀਕ ਐਲੀਮੈਂਟ ਵਾਈ ਆਫ ਵਾਈ ਸੱਚ ਦੈਟ ਵਾਈ ਇਜ਼ ਇਕੁਅਲ ਟੂ ਐਫ ਆਫ ਐਕਸ ਮੇਨ ਪੁਆਇੰਟ ਹੈ ਸਾਡਾ ਡਿਫਰੈਂਟ ਐਲੀਮੈਂਟ ਆਫ ਐਕਸ ਮੇ ਬੀ ਐਸੋਸੀਏਟਡ ਵਿਦ ਦਾ ਸੇਮ ਐਲੀਮੈਂਟ ਆਫ ਵਾਈ ਠੀਕ ਹੈ ਉਸ ਤੋਂ ਬਾਅਦ ਦੇਅਰ ਮੇ ਐਗਜ਼ਿਸਟ ਸਮ ਐਲੀਮੈਂਟ ਆਫ ਵਾਈ ਵਿਚ ਨੋਟ ਐਸੋਸੀਏਟ ਵਿਦ ਦੀ ਐਲੀਮੈਂਟ ਆਫ ਐਕਸ ਠੀਕ ਹੈ ਇਹ ਸਾਡੇ ਕੀ ਪੁਆਇੰਟ ਹੈ ਜਿਹੜੇ ਯਾਦ ਰੱਖੇ ਤੁਸੀਂ ਠੀਕ ਹੈ ਉਸ ਤੋਂ ਬਾਅਦ ਵੀ ਡਿਸਕਸ ਦੀ ਸਪੈਸ਼ਲ ਫੰਕਸ਼ਨ ਲਾਈਕ ਫੰਕਸ਼ਨ ਕੋਂਸਟੈਂਟ ਫੰਕਸ਼ਨ ਪੋਲੀਨੋਮੀਅਲ ਫੰਕਸ਼ਨ ਠੀਕ ਹੈ ਮੋਡਲਸ ਫੰਕਸ਼ਨ ਸਿੰਗਨਮ ਫੰਕਸ਼ਨ ਐਗਜੈਕਟਰਾ ਟ੍ਰਿਗਨੋਮੈਟ੍ਰਿਕ ਫੰਕਸ਼ਨ ਠੀਕ ਹੈ ਇਹ ਸਾਰੇ ਤਰ੍ਹਾਂ ਦੇ ਫੰਕਸ਼ਨ ਆ ਜਿਹੜੇ ਉਹ ਵਿੱਚ ਆਉਂਦੇ ਆ ਠੀਕ ਹੈ ਟਾਈਪਸ ਆਫ ਫੰਕਸ਼ਨ ਆਏ ਆ ਠੀਕ ਹੈ ਟਾਈਪਸ ਆਫ ਫੰਕਸ਼ਨ ਟਾਈਪ ਆਫ ਫੰਕਸ਼ਨ ਦੇ ਵਿੱਚ ਸਾਡੇ ਕੋਲ
ओन टू फंक्शन देखो टाइप्स ऑफ फंक्शन फर्स्ट है ओन टू फंक्शन ए फंक्शन एफ फ्रॉम एक्स टू वाई सेट टू बी ओन टू और सब्जेक्टिव ठीक है इफ एवरी एलिमेंट ऑफ वाई इज एन इमेज ऑफ एट द लीस्ट एलिमेंट ऑफ एक्स ठीक है हेयर द रेंज ऑफ एफ बराबर है वाई फॉर एग्जाम्पल एक एग्जाम्पल लेने देखो लेट एक्स ए बी सी डी एंड वाई दे पी क्यू आर ठीक है द फंक्शन एक्स टू वाई अप्रोच करता वा मैपिंग दी एक्स टू वाई डिफाइंड एज एफ ऑफ ए इज इक्वल टू एफ ऑफ सी इज इक्वल टू पी ठीक है एफ ऑफ बी इज इक्वल टू क्यू एफ ऑफ डी इज इक्वल टू आर द मैपिंग ऑफ एक्स इन टू वाई द फंक्शन डायग्राम डिपेक्ट देखो ध्यान नाल इधरला एक इमेज इधरों दो इमेज बना ठीक है इधरों इमेज ठीक है स्टूडेंट देखो ध्यान नाल टाइप्स ऑफ फंक्शन ओन टू फंक्शन ए फंक्शन एफ फ्रॉम एक्स टू सेट टू बी ओन टू और सब्जेक्टिव ठीक है इनू की कहें ओन टू जो ओन टू होता फंक्शन सब्जेक्टिव बन जाता इफ एवरी एलीमेंट इन वाई इज एन इमेज ऑफ एट लीस्ट वन एलीमेंट ऑफ एक्स के एक एलीमेंट एक्स नू इमेज बनाउंदी होवे ठीक है हेयर द रेंज ऑफ एफ इज इक्वल टू एफ डैश या इनवर्स इज इक्वल टू वाई ठीक है जी एग्जाम्पल लेने आपां पता लग जी तुहानू ए बी सी ते डी एलीमेंट आ वाई दे विच पी क्यू आर एलीमेंट आ ठीक है एफ ऑफ ए है जिहड़ा ते एफ ऑफ सी एक ही इमेज बना सकदे यानी कोई भी दो एलीमेंट आ जिहड़े उधर एक इमेज बना सकते हैं कोई दो एलीमेंट ठीक है बट कोई एक एलीमेंट इधरले पासे दो इमेज नहीं बना सकता ये चीज आप अगे भी की है ठीक है उन्होंने कहें फंक्शन ठीक है तो वह कहें भी दो एलीमेंट किवें बना मान लो एक स्केयर का आप करते हैं स्केयर वाला ठीक है जे असी माइनस वन भरिया तो भी वन आता जे असी कला वन भरिया तो भी वन आता ठीक है तो वो इदा की चीज़ की पॉसिबिलिटी हैगी है देखो ध्यान नाल ठीक है तो वह कहते पी एलीमेंट है जोड़ा वो ए ते बी सी नाल इमेज बना पुठे पास चलते हैं आप हम एक्स की नहीं गल करते हुए वाई की गल करते हैं ठीक है उस तो बाद क्यू है जोड़ा वह बी नाल उन्हें नाल बनता पाया तो आर है जोड़ा वह डी नाल बनता ठीक है ये बच्चे की बन गया है हरेक वाई की हरेक जी वैल्यू आ अंडर इन्हें आँदी पी है जिमें आप गल कर ली एक एलीमेंट है जोड़ा वह बच गया ही वाई का ठीक है ये फंक्शन है जोड़ा ओन टू फंक्शन नहीं है ठीक है वन वन की सगा जी वन वन येगा ही हरेक एक्स का हरेक एलीमेंट वाई ना कोई एक अखर न इमेज बना हो हरेक न एक एक सिंगल सिंगल इमेज बने उन्हू कन वन फंक्शन इधर कोई बच जाए तो बच जाए बट जो वाई के हिसाब नीखिए वाई के एक बच गया ए वाला फंक्शन है जोड़ा सारा फंक्शन है वह ओन टू फंक्शन नहीं है एक एलीमेंट बचाई बैठे ठीक है तो हम इंडिया सारिया जो इमेज लगिया हो इधर कितना कितने एसोसिएट होंदिया होते ओन टू फंक्शन जनू एक नाम हो दिता जाता सब्जेक्टिव फंक्शन ठीक है हम देखते हैं आप वन वन बारे अगे भी किया वन वन फंक्शन की सी फंक्शन एफ ऑफ एक्स टू वाई सेट टू बी वन वन और इंजेक्टिव वन वन नू की कहिंदे इंजेक्टिव फंक्शन इफ डिफरेंट एलीमेंट ऑफ एक्स हैज डिफरेंट इमेज इन वाई ठीक है डिफरेंट एलीमेंट ऑफ एक्स एक्स का कोई डिफरेंट एलीमेंट डिफरेंट इमेज बना हो ना हो एक इमेज दो इमेजा बना हो ठीक है डिफरेंट एलीमेंट डिफरेंट इमेज बना हो उस इनू की कहिंदे वन वन फंक्शन ठीक है ओके तो यह वन वन फंक्शन हो जाते हैं इनू इंजेक्टिव फंक्शन भी कहते हैं इन्हों सोल्व किमें करते हम देखो ध्यान सोल्व किमें किया जाता ठीक है असं की कराया करना एफ ऑफ एक्स ठीक है असी कोई इधर एलीमेंट मान लिया एक्स ठीक है एफ ऑफ एक्स वन एफ ऑफ एक्स टू दो एलीमेंट ले लिया करने ठीक है एफ ओफ एक्स वन एफ ओफ एक्स टू ठीक है ये असं ले लिया करने जे ये दोनों बराबर आ ठीक है तो साढ़े को जेडे एक ही एलीमेंट दोनों क्रोच कर गया ठीक है पर अं शो कर लिया करा एक्स वन बराबर एक्स टू है ठीक है
ਤਾਂ ਜੇ ਅਸੀਂ ਆਹ ਦੋਨੋਂ ਬਰਾਬਰ ਲਏ ਆ ਠੀਕ ਹੈ, ਇਹ ਪਹਿਲਾਂ ਅਸੀਂ ਬਰਾਬਰ ਲੈ ਲਈ ਠੀਕ ਹੈ, ਇੱਧਰੋਂ ਇੱਕ ਐਲੀਮੈਂਟ ਨੂੰ ਅਪਲਾਈ ਕਰਦਾ ਪਿਆ ਤਾਂ ਅਸੀਂ ਸ਼ੋਅ ਕੀਤਾ ਕਿ ਐਕਸ ਵਨ ਤੇ ਐਕਸ ਟੂ ਵੀ ਬਰਾਬਰ ਹੋ ਜਾਣ ਠੀਕ ਹੈ, ਕਹਿਣ ਤੋਂ ਬਾਅਦ ਆਹ ਵੀ ਇੱਕ ਈਵੈਂਟ ਆ ਇਹ ਵੀ ਇੱਕ ਈਵੈਂਟ ਆ ਤਾਂ ਇੱਕ ਨਾਲ ਇੱਕ ਅਪਲਾਈ ਹੋ ਗਿਆ, ਤਾਂ ਅਸੀਂ ਇਹ ਕਹਿ ਦਾਂਗੇ ਫੰਕਸ਼ਨ ਹੈ ਜਿਹੜਾ ਉਹ ਵਨ ਵਨ ਫੰਕਸ਼ਨ ਹੈ ਠੀਕ ਹੈ, ਤਾਂ ਸਾਡੇ ਕੋਲ ਵਨ ਵਨ ਕੋਰਸਪੋਂਡਿੰਗ ਠੀਕ ਹੈ, ਇਫ ਫੰਕਸ਼ਨ ਇਜ਼ ਵਨ ਵਨ ਨੋਟ ਵਨ ਵਨ ਠੀਕ ਹੈ, ਜੇ ਆਹ ਫੰਕਸ਼ਨ ਹੈ ਜਿਹੜਾ ਵਨ ਵਨ ਨਹੀਂ ਹੈਗਾ ਦੈਨ ਇਟ ਇਜ਼ ਕਾਲਡ ਮੈਨੀ ਵਨ ਫੰਕਸ਼ਨ ਠੀਕ ਹੈ, ਜਿਹੜੇ ਫੰਕਸ਼ਨ ਵਨ ਵਨ ਨਹੀਂ ਹੁੰਦੇ ਉਹ ਕਿਹੜੇ ਫੰਕਸ਼ਨ ਹੁੰਦੇ ਆ, ਮੈਨੀ ਵਨ ਫੰਕਸ਼ਨ ਹੁੰਦੇ ਆ। ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਸੀ ਦੇ ਵਿੱਚ ਵਨ ਵਨ ਕੋਰਸਪੋਂਡੈਂਸ ਠੀਕ ਹੈ, ਵਨ ਵਨ ਕੋਰਸਪੋਂਡੈਂਸ ਐਫ ਆਫ ਐਕਸ ਐਕਸ ਇਜ਼ ਸੈਡ ਟੂ ਬੀ ਵਨ ਵਨ ਕੋਰਸਪੋਂਡਿੰਗ ਔਰ ਬਾਇਜੈਕਟਿਵ ਇਫ ਦੀ ਫੰਕਸ਼ਨ ਇਜ਼ ਵਨ ਵਨ ਐਂਡ ਫੰਕਸ਼ਨ ਇਜ਼ ਓਨ ਟੂ ਠੀਕ ਹੈ, ਜਿਹੜਾ ਫੰਕਸ਼ਨ ਹੈ ਜਿਹੜਾ ਇਹਨੂੰ ਅਸੀਂ ਵਨ ਵਨ ਕੋਰਸਪੋਂਡੈਂਸ ਨਹੀਂ ਕਹਾਂਗੇ, ਇਹਨੂੰ ਕਹਾਂਗੇ ਵਨ ਵਨ ਓਨ ਟੂ ਫੰਕਸ਼ਨ ਠੀਕ ਹੈ। ਕਿਹੜਾ ਕਿਹੜਾ ਹੁੰਦਾ ਵਨ ਵਨ, ਜਿਹੜਾ ਵਨ ਵਨ ਵੀ ਹੋਵੇ ਓਨ ਟੂ ਵੀ ਹੋਵੇ ਠੀਕ ਹੈ, ਕਿਹੜਾ ਫੰਕਸ਼ਨ ਹੁੰਦਾ ਵਾ ਉਹ ਬਾਇਜੈਕਟਿਵ ਫੰਕਸ਼ਨ, ਵਨ ਵਨ ਐਂਡ ਓਨ ਟੂ, ਜਿਹੜਾ ਵਨ ਵਨ ਵੀ ਸ਼ੋ ਕਰਦਾ ਹੋਵੇ ਤੇ ਓਨ ਟੂ ਵੀ ਸ਼ੋ ਕਰਦਾ ਹੋਵੇ ਉਸ ਫੰਕਸ਼ਨ ਨੂੰ ਕਹਿੰਦੇ ਆ ਬਾਇਜੈਕਟਿਵ ਫੰਕਸ਼ਨ, ਇਕੱਲਾ ਵਨ ਵਨ ਸ਼ੋ ਕਰਦਾ ਹੋਵੇ ਉਹਨੂੰ ਕਹਿੰਦੇ ਇੰਜੈਕਟਿਵ ਫੰਕਸ਼ਨ, ਤੇ ਇਕੱਲਾ ਓਨ ਟੂ ਸ਼ੋ ਕਰਦਾ ਹੋਵੇ ਉਹਨੂੰ ਕਹਿੰਦੇ ਸਬਜੈਕਟਿਵ ਫੰਕਸ਼ਨ ਠੀਕ ਹੈ। ਓਕੇ ਕਲੀਅਰ ਆ, ਵਨ ਵਨ ਫੰਕਸ਼ਨ ਹੈ ਜਿਹੜਾ ਉਹ ਇੰਜੈਕਟਿਵ ਫੰਕਸ਼ਨ, ਓਨ ਟੂ ਫੰਕਸ਼ਨ ਹੈ ਜਿਹੜਾ ਉਹ ਸਬਜੈਕਟਿਵ ਫੰਕਸ਼ਨ, ਤੇ ਵਨ ਵਨ ਤੇ ਓਨ ਟੂ ਦੋਨੋਂ ਜਿਹੜੇ ਅਪਲਾਈ ਕਰਦੇ ਹੋਣ ਉਹਨੂੰ ਕਹਿੰਦੇ ਆ ਬਾਇਜੈਕਟਿਵ ਫੰਕਸ਼ਨ, ਤੇ ਇੱਦਾਂ ਦੇ ਫੰਕਸ਼ਨ ਹੁੰਦੇ ਆ ਠੀਕ ਹੈ। ਫੋਲੋਇੰਗ ਡਿਫੈਕਟ ਡਾਇਗ੍ਰਾਮ ਕਰਦੀ ਹੈ, ਇੱਕ ਐਲੀਮੈਂਟ ਇੱਕ ਡਿਫਰੈਂਟ ਐਲੀਮੈਂਟ ਨੂੰ ਅਪਰੋਚ ਕਰਦਾ ਠੀਕ ਹੈ, ਇਹ ਫੰਕਸ਼ਨ ਵੀ ਹੈ ਤੇ ਕਿਹੜਾ 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 ਫੰਕਸ਼ਨ ਹੈ ਇਹ ਇਜ਼ ਵਨ ਵਨ ਫੰਕਸ਼ਨ ਤੇ ਓਨ ਟੂ ਵੀ ਹੈ, ਕਿਉਂ ਵੇਖੋ ਹਰੇਕ ਵਾਈ ਦੀ ਇਮੇਜ ਹੈ ਜਿਹੜੀ ਉਹ ਡਿਫਰੈਂਟ ਡਿਫਰੈਂਟ ਇਮੇਜ ਐਕਸ ਦੇ ਨਾਲ ਜਾਂ ਅਦਰ ਡਿਫਰੈਂਟ ਐਕਸ ਦੇ ਨਾਲ ਅਪਲਾਈ ਹੁੰਦੀ ਪਈ ਹੈ ਠੀਕ ਹੈ, ਇਹਦੀਆਂ ਵੀ ਸਾਰੀਆਂ ਇਮੇਜ ਲੱਗੀਆਂ ਹੋਈਆਂ, ਇਹਦੀ ਵੀ ਹਰੇਕ ਵੱਖੋ ਵੱਖਰੀ ਇਮੇਜ ਵੱਖਰੇ ਵੱਖਰੇ ਇਮੇਜ ਨਾਲ ਲੱਗੀ ਹੋਈ ਹੈ, ਇਹ ਵਨ ਵਨ ਵੀ ਹੈ ਠੀਕ ਹੈ, ਤੇ ਓਨ ਟੂ ਫੰਕਸ਼ਨ ਵੀ ਹੈ, ਦੋ ਤਰ੍ਹਾਂ ਦੇ ਫੰਕਸ਼ਨ ਹੋ ਗਏ ਠੀਕ ਹੈ। ਓਕੇ ਆ, ਹੁਣ ਦੇਖੋ ਧਿਆਨ ਨਾਲ ਅੱਗੇ ਚੱਲਦੇ ਹਾਂ, ਹੋਰ ਟਾਈਪ ਸਾਨੂੰ ਕਲੀਅਰ ਹੋਣਗੀਆਂ, ਅਸੀਂ ਐਕਸ ਤੇ ਵਾਈ ਦੀ ਦੋ ਇਮੇਜ ਲੈ ਲਈਆਂ ਐਕਸ ਦੇ ਵਿੱਚ ਵਾਈ ਦੇ ਵਿੱਚ, ਇਹਦੇ ਵਿੱਚ ਏ ਬੀ ਸੀ ਡੀ ਫੰਕਸ਼ਨ ਹੈ, ਇਹਦੇ ਚ ਪੀ ਕਿਊ ਆਰ ਐਫ ਫੰਕਸ਼ਨ ਹੈ ਤੇ ਟੀ ਵੀ ਫੰਕਸ਼ਨ ਹੈਗਾ ਠੀਕ ਹੈ, ਤਾਂ ਉਹਨਾਂ ਨੇ ਏ ਨੂੰ ਪੀ ਨਾਲ, ਬੀ ਨੂੰ ਕਿਊ ਨਾਲ, ਸੀ ਨੂੰ ਆਰ ਨਾਲ ਤੇ ਡੀ ਨੂੰ ਟੀ ਨਾਲ ਕਰਤਾ, ਇਸ ਵਨ ਵਨ ਬਟ ਨੋਟ ਓਨ ਟੂ ਫੰਕਸ਼ਨ, ਵੇਖੋ ਧਿਆਨ ਨਾਲ, ਨੋ ਪ੍ਰੀ ਇਮੇਜ, ਵੇਖੋ ਇੱਧਰ ਏ ਹੈ ਜਿਹੜਾ ਇੱਧਰ ਕਿਸੇ ਇੱਕ ਡਿਫਰੈਂਟ ਲਿਮਿਟ ਨਾਲ, ਇਹ ਵੀ ਡਿਫਰੈਂਟ ਐਲੀਮੈਂਟ ਨਾਲ, ਇਹ ਵੀ ਡਿਫਰੈਂਟ ਨਾਲ, ਇਹ ਵੀ ਡਿਫਰੈਂਟ, ਯਾਨੀ ਕਿ ਇਹਦੇ ਸਾਰੇ ਐਲੀਮੈਂਟ ਖਤਮ ਹੋ ਗਏ, ਡਿਫਰੈਂਟ ਡਿਫਰੈਂਟ ਨਾਲ ਲੱਗੇ ਇਹ ਫੰਕਸ਼ਨ ਹੈ ਜਿਹੜਾ ਉਹ ਵਨ ਵਨ ਬਣ ਗਿਆ, ਕਲੀਅਰ ਹੈ। ਉਸ ਤੋਂ ਬਾਅਦ ਓਨ ਟੂ ਵੇਖਣ ਵਾਸਤੇ ਵਾਈ ਦੇ ਐਲੀਮੈਂਟ ਚੈੱਕ ਕਰਨੇ ਸੀ, ਪਰ ਵਾਈ ਦਾ ਇੱਕ ਐਲੀਮੈਂਟ ਐਸ ਹੈ ਜਿਹੜਾ ਉਹ ਉਹਦੇ ਕਿਸੇ ਦੇ ਨਾਲ ਇਮੇਜ ਨਹੀਂ ਬਣਾ ਰਿਹਾ, ਇਹਦੇ ਵਿੱਚ ਕਿਸੇ ਨਾਲ ਇਮੇਜ ਨਹੀਂ ਬਣਾ ਰਿਹਾ, ਇਹ ਕੀ ਹੈ ਨੋਟ ਓਨ ਟੂ ਫੰਕਸ਼ਨ ਠੀਕ ਹੈ, ਹਰੇਕ ਨਾਲ ਇਮੇਜ ਬਣਾਉਂਦਾ ਹੋਵੇ ਠੀਕ ਹੈ। ਚਲੋ ਅੱਗੇ ਚੱਲਦੇ ਹਾਂ, ਥਰਡ ਐਗਜ਼ਾਮਪਲ ਉਹਨਾਂ ਲਈ ਹੈ, ਏ ਬੀ ਸੀ ਇਸ ਤਰ੍ਹਾਂ ਪੀ ਕਿਊ ਆਰ ਐਸ ਇੱਦਾਂ ਐਲੀਮੈਂਟ ਲੈ ਲਏ ਠੀਕ ਹੈ, ਨਾਈਦਰ ਵਨ ਵਨ ਨੋਰ ਨੋਨ ਟੂ, ਵੇਖੋ ਧਿਆਨ ਨਾਲ, ਏ ਹੈ ਜਿਹੜਾ ਉਹ ਪੀ ਨਾਲ ਇਮੇਜ ਬਣਾ ਗਿਆ, ਸੀ ਵੀ ਹੈ ਜਿਹੜਾ ਉਹ ਪੀ ਨਾਲ ਇਮੇਜ ਬਣਾ ਗਿਆ, ਬੀ ਹੈ ਜਿਹੜਾ ਉਹ ਆਰ ਨਾਲ ਇਮੇਜ ਬਣਾ ਗਿਆ, ਡੀ ਹੈ ਜਿਹੜਾ ਉਹ ਆਹ ਵਾਏ ਦੋ ਤਾਂ ਡਿਫਰੈਂਟ ਹੋ ਗਏ, ਬਟ ਆਹ ਵਾਏ ਦੋ ਆ ਜਿਹੜੇ ਉਹ ਡਿਫਰੈਂਟ ਨਹੀਂ, ਇੱਕ ਸੇਮ ਇਮੇਜ ਬਣਾਈ ਜਾਂਦੇ ਆ, ਤਾਂ ਇਹ ਫੰਕਸ਼ਨ ਜਿਹੜਾ ਉਹ ਨੋਟ ਵਨ ਵਨ ਹੋ ਗਿਆ ਠੀਕ ਹੈ। ਹੁਣ ਦੇਖੋ ਪ੍ਰੀ ਇਮੇਜ ਦੇ ਵਿੱਚ ਵਾਈ ਚ ਵੇਖ ਲਓ, ਵਾਈ ਦੇ ਵਿੱਚ ਵੀ ਇੱਕ ਐਲੀਮੈਂਟ ਰਹਿੰਦਾ ਲੈਫਟ ਹੋ ਗਿਆ, ਜਦੋਂ ਲੈਫਟ ਹੋ ਗਿਆ ਮੀਨਸ ਇਹ ਓਨ ਟੂ ਨਹੀਂ ਹੈਗਾ, ਇਹ ਨੋਟ ਓਨ ਟੂ ਫੰਕਸ਼ਨ ਬਣ ਗਿਆ ਠੀਕ ਹੈ, ਨਾ ਇਧਰ ਇਹ ਵਨ ਵਨ ਹੈ ਤੇ ਨੋਰ, ਨਾ ਹੀ ਇਹ ਵਨ ਵਨ ਹੈ ਤੇ ਨਾ ਹੀ ਇਹ ਓਨ ਟੂ ਫੰਕਸ਼ਨ ਠੀਕ ਹੈ, ਕਲੀਅਰ ਹੈ। ਪਹਿਲਾਂ ਵਾਲਾ ਕੀ ਸੀਗਾ, ਇਹ ਵਨ ਵਨ ਸੀਗਾ, ਇਹ ਓਨ ਟੂ ਨਹੀਂ ਸੀਗਾ, ਇਹ ਤੇ ਕੱਲਾ ਵਨ ਵਨ ਟੂ ਸੀਗਾ, ਇਹ ਕਿਹੜਾ ਫੰਕਸ਼ਨ ਸੀ, ਇੰਜੈਕਟਿਵ ਫੰਕਸ਼ਨ, ਇਹ ਵਨ ਵਨ ਵੀ ਸੀਗਾ, ਇਹ ਓਨ ਟੂ ਵੀ ਸੀਗਾ, ਇਹ ਕਿਹੜਾ ਫੰਕਸ਼ਨ ਸੀ, ਬਾਇਜੈਕਟਿਵ ਫੰਕਸ਼ਨ ਠੀਕ ਹੈ। ਸੋ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ, ਚੌਥੀ ਐਗਜ਼ਾਮਪਲ ਅਸੀਂ ਵੇਖਦੇ ਹਾਂ, ਇਹਦੇ ਵਿੱਚ ਕੀ ਕੀਤਾ ਹੋਇਆ, ਫੰਕਸ਼ਨ ਇਜ਼ ਮੈਨੀ ਵਨ ਵਨ, ਮੈਨੀ ਵਨ, ਮੈਨੀ ਵਨ ਓਨ ਟੂ, ਦੇਖੋ ਧਿਆਨ ਨਾਲ, ਇਹਦੀ ਇੱਕ ਇਮੇਜ ਨਹੀਂ ਬਣਦੀ, ਡਿਫਰੈਂਟ ਡਿਫਰੈਂਟ ਇਮੇਜ ਨਹੀਂ ਬਣਦੀ, ਇਹ ਫੰਕਸ਼ਨ ਵਨ ਵਨ ਨਹੀਂ ਹੈਗਾ ਠੀਕ ਹੈ, ਤੇ ਇਹਦੀਆਂ ਸਾਰੀਆਂ ਇਮੇਜ ਇੱਧਰ ਕਿਤੇ ਨਾ ਕਿਤੇ ਲੱਗੀਆਂ ਹੋਈਆਂ,
ਠੀਕ ਹੈ ਓਨ ਟੂ ਫੰਕਸ਼ਨ ਹੈਗਾ ਵਾ ਠੀਕ ਹੈ ਇਹ ਮੈਨੀ ਵਨ ਵਨ ਤੇ ਓਨ ਟੂ ਫੰਕਸ਼ਨ ਹੈ ਮੈਨੀ ਵਨ ਵਨ ਕਿਹੜਾ ਸੀਗਾ ਇਹ ਆਪਾਂ ਹੁਣੇ ਗੱਲ ਕੀਤੀ ਸੀ ਮੈਨੀ ਵਨ ਫੰਕਸ਼ਨ ਕਿਹੜੇ ਹੁੰਦੇ ਆ ਉਹ ਫੰਕਸ਼ਨ ਹੁੰਦੇ ਜਿਹੜੇ ਵਨ ਵਨ ਨਹੀਂ ਹੁੰਦੇ ਬਟ ਓਨ ਟੂ ਹੈਗਾ ਵਾ ਇਸ ਕਰਕੇ ਇੱਥੇ ਲਿਖਿਆ ਮੈਨੀ ਵਨ ਓਨ ਟੂ ਫੰਕਸ਼ਨ ਓਨ ਟੂ ਹੈਗਾ ਕਿਉਂਕਿ ਬਾਈ ਦੀਆਂ ਸਾਰੀਆਂ ਇਮੇਜ ਲੱਗੀਆਂ ਚਾਹੇ ਉਹ ਕਿੱਧਰ ਵੀ ਕਿੰਨੇ ਵੀ ਐਲੀਮੈਂਟਾਂ ਨਾਲ ਲੱਗੀਆਂ ਹੋਣ ਠੀਕ ਹੈ ਓਕੇ ਆ ਤਾਂ ਇਹਨੂੰ ਕਹਿੰਦੇ ਆ ਮੈਨੀ ਵਨ ਓਨ ਟੂ ਫੰਕਸ਼ਨ ਠੀਕ ਹੈ ਤਾਂ ਇਹ ਵਾਲੇ ਫੰਕਸ਼ਨ ਸੀਗੇ ਹੀ ਇਹਦੀਆਂ ਗਾਈਡਲਾਈਨਸ ਹੈ ਵਨ ਵਨ ਦੀਆਂ ਕੀ ਕਰਨਾ ਓਬਟੇਨ ਉਹ ਕਹਿੰਦੇ ਡੋਮੇਨ ਆਫ ਐਫ ਸੋਲਵ ਦਾ ਇਕੁਏਸ਼ਨ ਆਫ ਐਕਸ ਇਨ ਟਰਮ ਆਫ ਵਾਈ ਮੇਕ ਯੂਜ ਆਫ ਦੀ ਡੋਮੇਨ ਐਫ ਇਫ ਫੋਰ ਈਚ ਆਫ ਵੈਲਿਊ ਆਫ ਵਾਈ ਦੀ ਕੋਰਸਪੋਂਡਿੰਗ ਯੂਨੀਕ ਵੈਲਿਊ ਆਫ ਐਕਸ ਦੈਨ ਦੀ ਫੰਕਸ਼ਨ ਇਜ ਵਨ ਵਨ ਠੀਕ ਹੈ ਤਾਂ ਉਹਦੀ ਸਾਡੇ ਕੋਲ ਵਨ ਵਨ ਵੈਲਿਊ ਆ ਜੂਗੀ ਕਿਵੇਂ ਕਰਨੇ ਆ ਥੋੜੀ ਜਿਹੀ ਇੱਕ ਅੱਧੀ ਅਸੀਂ ਐਗਜ਼ਾਮਪਲ ਲੈ ਦਿੰਦੇ ਤੁਹਾਨੂੰ ਵਨ ਵਨ ਜਿਹੜਾ ਟੋਪਿਕ ਆ ਉਹ ਕਲੀਅਰ ਹੋ ਜੂ ਠੀਕ ਹੈ ਦੇਖੋ ਅਸੀਂ ਆਹ ਵਾਲੀ ਸਿੰਪਲ ਕੁਸ਼ਚਨ ਪ੍ਰੂਵ ਦੈਟ ਦੀ ਐਫ ਆਰ ਟੂ ਆਰ ਗਿਵਨ ਐਫ ਓਫ ਐਕਸ ਇਜ ਵਨ ਵਨ ਐਂਡ ਓਨ ਟੂ ਠੀਕ ਹੈ ਅਸੀਂ ਕਰਨਾ ਕਿਵੇਂ ਵਨ ਵਨ ਅਸੀਂ ਇੱਕ ਐਕਸ ਵਨ ਤੇ ਐਕਸ ਟੂ ਬਿਲੋਂਗ ਕਰਾ ਲੈਣੇ ਆਰ ਨੂੰ ਐਫ ਓਫ ਐਕਸ ਵਨ ਤੇ ਐਫ ਓਫ ਐਕਸ ਟੂ ਬਰਾਬਰ ਲੈ ਲਏ ਯਾਨੀ ਕਿ ਅਸੀਂ ਇੱਦਾਂ ਬਣਾ ਲਈਆਂ ਐਫ ਓਫ ਐਕਸ ਇਹ ਹੁੰਦਾ ਵਾ ਤੇ ਐਕਸ ਇਹ ਹੁੰਦਾ ਇਹਨੂੰ ਵਾਈ ਕਹਿ ਕੇ ਬੁਲਾਉਂਦੇ ਹਾਂ ਠੀਕ ਹੈ ਐਫ ਓਫ ਐਕਸ ਵਨ ਤੇ ਐਫ ਓਫ ਐਕਸ ਟੂ ਅਸੀਂ ਦੋਨੋਂ ਇਕੁਅਲ ਲੈ ਲਏ ਦੋਨੋਂ ਬਰਾਬਰ ਆ ਫੰਕਸ਼ਨ ਠੀਕ ਹੈ ਓਕੇ ਆ ਹੁਣ ਐਕਸ ਵਨ ਐਕਸ ਟੂ ਅਸੀਂ ਜਿਹੜੇ ਆ ਇੱਧਰ ਐਲੀਮੈਂਟ ਲੈ ਲਏ ਜਿਹਦੇ ਵਿੱਚ ਅਸੀਂ ਇਹ ਇਹਨਾਂ ਨੂੰ ਬਰਾਬਰ ਨਹੀਂ ਲਿਆ ਇਹਨਾਂ ਨੂੰ ਬਰਾਬਰ ਲਿਆ ਠੀਕ ਹੈ ਅਸੀਂ ਐਫ ਓਫ ਐਕਸ ਵਨ ਟੂ ਓਫ ਐਕਸ ਵਨ ਤੇ ਟੂ ਓਫ ਐਕਸ ਟੂ ਆ ਗਏ ਟੂ ਨਾਲ ਟੂ ਕੈਂਸਲ ਹੋ ਗਿਆ ਐਕਸ ਵਨ ਬਰਾਬਰ ਵੀ ਐਕਸ ਟੂ ਆ ਗਿਆ ਜਾਣੀ ਕਿ ਉਹ ਕਹਿੰਦੇ ਵੀ ਆਹ ਤਾਂ ਅਸੀਂ ਪਹਿਲਾਂ ਬਰਾਬਰ ਲਏ ਸੀ ਜਾਣੀ ਕਿ ਇਹ ਇੱਕ ਹੀ ਐਲੀਮੈਂਟ ਆ ਐਫ ਓਫ ਐਕਸ ਲੈ ਲਿਆ ਇਹ ਵੀ ਇੱਕ ਹੀ ਐਲੀਮੈਂਟ ਆ ਕਿਉਂਕਿ ਇਹ ਦੋਵੇਂ ਬਰਾਬਰ ਆ ਗਏ ਵੀ ਐਕਸ ਆ ਗਏ ਜਾਣੀ ਕਿ ਇੱਕ ਦੀ ਇੱਕ ਨਾਲ ਇਮੇਜ ਬਣ ਗਈ ਮੀਨਸ ਅਸੀਂ ਫੰਕਸ਼ਨ ਆ ਜਿਹੜਾ ਉਹ ਕੀ ਹੋ ਗਿਆ ਵਨ ਵਨ ਫੰਕਸ਼ਨ ਹੋ ਗਿਆ ਓਕੇ ਹੁਣ ਦੇਖੋ ਓਨ ਟੂ ਕਿਵੇਂ ਸ਼ੋ ਕਰਨਾ ਲਟ ਵਾਈ ਇਜ਼ ਬਿਲੋਂਗਸ ਟੂ ਆਰ ਵਾਈ ਇਜ਼ ਇਕੁਅਲ ਟੂ ਐਫ ਓਫ ਐਕਸ ਨੋਟ ਐਫ ਓਫ ਐਕਸ ਨੋਟ ਜੀਰੋ ਲੈ ਲਿਆ ਐਕਸ ਨੋਟ ਇਹਨੂੰ ਐਕਸ ਜੀਰੋ ਲਿਖਿਆ ਹੋਵੇ ਥੱਲੇ ਉਹਨੂੰ ਕਹਿੰਦੇ ਐਕਸ ਨੋਟ ਠੀਕ ਹੈ ਐਫ ਓਫ ਐਕਸ ਨੋਟ ਇਜ਼ ਇਕੁਅਲ ਟੂ ਵਾਈ ਐਕਸ ਨੋਟ ਇਜ਼ ਇਕੁਅਲ ਟੂ ਵਾਈ ਓਵਰ ਟੂ ਠੀਕ ਹੈ ਉਸ ਤੋਂ ਬਾਅਦ ਅੱਗੇ ਚੱਲੇ ਵਾਈ ਬਿਲੋਂਗ ਕਰਦਾ ਆਰ ਨੂੰ ਠੀਕ ਹੈ ਇਹਨੂੰ ਪਹਿਲਾਂ ਵਾਈ ਦੀ ਫੋਰਮ 'ਚ ਬਣਾ ਲਿਆ ਵਾਈ ਬਿਲੋਂਗ ਕਰਦਾ ਆਰ ਨੂੰ ਹੁਣ ਜੇ ਵਾਈ ਬਿਲੋਂਗ ਕਰਦਾ ਤਾਂ ਅਸੀਂ ਵਾਈ ਦੀ ਵੈਲਿਊ ਵਾਈ ਓਵਰ ਟੂ ਵੀ ਬਿਲੋਂਗ ਕਰੂਗਾ ਆਰ ਨੂੰ ਠੀਕ ਹੈ ਤਾਂ ਅਸੀਂ ਐਫ ਓਫ ਐਕਸ ਨੋਟ ਕੀ ਵਰ ਐਫ ਓਫ ਐਕਸ ਨੋਟ ਬਰਾਬਰ ਟੂ ਗੁਣਾ ਇਹਦੀ ਐਕਸ ਨੋਟ ਦੀ ਵੈਲਿਊ ਭਰ ਲਈ ਵਾਈ ਓਵਰ ਟੂ ਨੂੰ ਨਾਲ ਟੂ ਕੈਂਸਲ ਹੋ ਗਿਆ ਕੀ ਆ ਗਿਆ ਵਾਈ ਜਦੋਂ ਸਾਡੇ ਕੋਲ ਇਸ ਤਰ੍ਹਾਂ ਭਰ ਕੇ ਪੁੱਠਾ ਭਰ ਕੇ ਉਲਟ ਕਰ ਲਿਆ ਅਸੀਂ ਠੀਕ ਹੈ ਪੁੱਠਾ ਭਰ ਕੇ ਵਾਈ ਦੇ ਬਰਾਬਰ ਆ ਜਾਵੇ ਤਾਂ ਪ੍ਰੀ ਇਮੇਜ ਬਣ ਜਾਂਦੀ ਹੈ ਠੀਕ ਹੈ ਤਾਂ ਫੰਕਸ਼ਨ ਕੀ ਹੋ ਜਾਂਦਾ ਵਾ ਓਨ ਟੂ ਬਣ ਜਾਂਦਾ ਵਾ ਜਿਹੜੀ ਚੀਜ਼ ਲੈ ਕੇ ਤੋਂ ਰਹੀ ਉਹਦੇ ਬਰਾਬਰ ਆ ਜਾਂਦੀ ਫੰਕਸ਼ਨ ਇਜ਼ ਵਨ ਵਨ ਐਡ ਓਨ ਟੂ ਫੰਕਸ਼ਨ ਬਣ ਗਿਆ ਠੀਕ ਹੈ ਸਟੂਡੈਂਟਸ ਇੱਕ ਹੋਰ ਐਗਜ਼ਾਮਪਲ ਵੇਖ ਲਓ ਐਗਜ਼ਾਮਪਲ ਲੈ ਲਈ ਐਫ ਓਫ ਐਕਸ ਥ੍ਰੀ ਮਾਈਨਸ ਫੋਰ ਐਕਸ ਫੰਕਸ਼ਨ ਇਜ਼ ਵਨ ਵਨ ਔਰ ਬਾਇਜੈਕਟਿਵ ਠੀਕ ਹੈ ਐਂਡ ਓਨ ਟੂ ਔਰ ਬਾਇਜੈਕਟਿਵ ਕਿਉਂਕਿ ਜਿਹੜਾ ਓਨ ਟੂ ਹੁੰਦਾ ਤੇ ਵਨ ਵਨ ਹੁੰਦਾ ਉਹ ਕੀ ਹੁੰਦਾ ਵਾ ਸਬਜੈਕਟਿਵ ਫੰਕਸ਼ਨ ਹੁੰਦਾ ਐਫ ਓਫ ਐਕਸ ਐਕਸ ਵਨ ਐਕਸ ਟੂ ਉਸੇ ਤਰ੍ਹਾਂ ਬਰਾਬਰ ਲੈ ਲਿਆ ਠੀਕ ਹੈ ਵਿੱਚ ਭਰਤਾ ਥ੍ਰੀ ਨਾਲ ਥ੍ਰੀ ਕੈਂਸਲ ਹੋ ਗਿਆ ਫਿਰ ਫੋਰ ਨਾਲ ਫੋਰ ਕੈਂਸਲ ਹੋ ਗਿਆ ਐਕਸ ਵਨ ਬਰਾਬਰ ਐਕਸ ਟੂ ਆ ਗਿਆ ਐਫ ਓਫ ਐਫ ਇਜ਼ ਵਨ ਵਨ ਬਣ ਗਿਆ ਫਿਰ ਉਹਦੀ ਪ੍ਰੀ ਇਮੇਜ ਬਣਾਉਣੀ ਆ ਕਿਵੇਂ ਬਣਾਉਣੀ ਆ ਫਿਰ ਵੇਖ ਲਓ ਧਿਆਨ ਨਾਲ ਜੇ ਤੁਸੀਂ ਨੋਟ ਵਾਲਾ ਨਹੀਂ ਕੰਮ ਕਰਨਾ ਉਵੇਂ ਕਰ ਲਓ ਥ੍ਰੀ ਮਾਈਨਸ ਫੋਰ ਐਕਸ ਬਰਾਬਰ ਹੈ ਵਾਈ ਠੀਕ ਹੈ ਜੀ ਐਕਸ ਦੀ ਵੈਲਿਊ ਆਈ ਥ੍ਰੀ ਮਾਈਨਸ ਵਾਈ ਓਵਰ ਫੋਰ ਠੀਕ ਹੈ ਐਕਸ ਦੀ ਵੈਲਿਊ ਆ ਗਈ ਠੀਕ ਹੈ ਇਹ ਐਕਸ ਦੀ ਵੈਲਿਊ ਆ ਜ਼ਿਆਦਾ ਰੱਖਿਆ ਜੀ ਓਕੇ ਆ ਹੁਣ ਇਹਨੂੰ ਵਾਈ ਦੇ ਬਰਾਬਰ ਬਣਾ ਕੇ ਐਕਸ ਦੀ ਵੈਲਿਊ ਆਹ ਵਾਲੀ ਆ ਗਈ ਸਾਡੇ ਕੋਲ ਠੀਕ ਹੈ ਉਸ ਤੋਂ ਬਾਅਦ ਵਾਈ ਬਿਲੋਂਗ ਕਰਦਾ ਆਰ ਨੂੰ ਠੀਕ ਹੈ ਹੁਣ ਜੇ ਕਹਿੰਦੇ ਵਾਈ ਵੀ ਬਿਲੋਂਗ ਕਰਦਾ ਤਾਂ ਇੱਥੇ ਅਸੀਂ ਥ੍ਰੀ ਮਾਈਨਸ ਵਾਈ ਓਵਰ ਫੋਰ ਆ ਇਹ ਵੀ ਬਿਲੋਂਗ ਕਰੂਗਾ ਆਰ ਨੂੰ ਠੀਕ ਹੈ ਐਕਸ ਨੋਟ ਵੀ ਬਿਲੋਂਗ ਕਰੂਗਾ ਆਰ ਨੂੰ ਐਫ ਓਫ ਐਕਸ ਨੋਟ ਐਫ ਓਫ ਐਕਸ ਬਰਾਬਰ ਆਪਣੇ ਕੋਲ ਸੀਗਾ ਜੀ ਥ੍ਰੀ ਮਾਈਨਸ ਫੋਰ ਐਕਸ ਠੀਕ ਹੈ ਹੁਣ ਐਕਸ ਦਾ ਜਿਹੜਾ ਉਹਦੀ ਵੈਲਿਊ ਵਾਈ ਵਾਲੀ ਭਰਦੀ ਉਲਟ ਕਰਤਾ ਕੰਮ ਜਾਣੀ ਕਿ ਐਕਸ ਦੀ ਵੈਲਿਊ ਆ ਜਿਹੜੀ ਉਹ ਵਾਈ ਵਾਲੀ ਇੱਥੇ ਆਈ ਹੈ ਨਾ ਐਕਸ ਇਜ਼ ਇਕੁਅਲ ਟੂ ਥ੍ਰੀ ਮਾਈਨਸ ਵਾਈ ਓਵਰ ਫੋਰ ਇੱਥੇ ਐਕਸ ਦੀ ਵੈਲਿਊ ਫਿੱਲ ਕਰ ਦੇਣੀ ਆ ਦੇਖੋ ਆਪਾਂ ਇੱਥੇ ਕਰ ਲੈਂਦੇ ਹਾਂ ਸਾਡੇ ਕੋਲ ਐਕਸ ਆਇਆ ਸੀ ਵਾਈ ਮਾਈਨਸ ਥ੍ਰੀ ਓਵਰ ਫੋਰ ਠੀਕ ਹੈ ਹੁਣ ਅਸੀਂ ਉਲਟ ਕਰ ਲਿਆ ਕੁਸ਼ਚਨ ਵਾਈ ਇਜ਼ ਇਕੁਅਲ ਟੂ ਸੀਗਾ ਸੀ ਥ੍ਰੀ ਮਾਈਨਸ ਫੋਰ ਐਕਸ ਇਹੀ ਸੀਗਾ ਸੀ ਅਸੀਂ ਇਹਦੇ ਵਿੱਚ ਵੈਲਿਊ ਭਰ ਦੇਣੀ ਆ ਥ੍ਰੀ ਮਾਈਨਸ ਫੋਰ ਇੰਟੂ ਐਕਸ ਹੈਗਾ ਵਾਈ ਮਾਈਨਸ ਥ੍ਰੀ ਓਵਰ ਕੀ ਹੈ ਫੋਰ ਇਹ ਤੇ ਇਹ ਕੈਂਸਲ ਹੋ ਗਏ
ठीक है, तो साढ़े को उस तो बाद 3 माइनस y माइनस माइनस प्लस 4 उसको ध्यान नाल 3 माइनस 3 उस तो बाद आ गया 4। देखो ध्यान नाल असी इनू कटना नहीं गया, इन्होंने डायरेक्ट नहीं कटिया आया, 4 नू 4 नाल कटिया 3 माइनस प्लस। ठीक है, ये आया वा 3 माइनस y। ठीक है, तो 3 माइनस y तो जो ये आया माइनस का 3 प्लस का y। ठीक है, तो वाई जो बराबर आ जाए वाई दे, ठीक है, तो ए वाले फंक्शन की हो जाता उल्ट कंडीशन लाई कर जाता क्योंकि असी वाई भरिया 3 माइनस 4x से। ठीक है, जो असी x भरिया तो की आ गया y आ गया। ठीक है, जो ए वाली इमेज उल्ट तरीके आह वाली इमेज बने, ठीक है, वीज वाई बन जाए तो फंक्शन की हो जाता फंक्शन इज ऑन टू फंक्शन। ठीक है, ओके, जो असी वैल्यू फिल करिए साढ़े को वाई की वैल्यू आ जाए। देखो इन्होंने किया एक्स की वैल्यू भरी 3 माइनस y/4 3 माइनस 3 प्लस y = 3 कैंसल हो गया, की आ गया वाई। जो वाई आ जाए एफ ऑफ एक्स नोट उल्ट हो गया, एफ ऑफ एक्स नोट कि बराबर आ जाए वाई दे, असी की किया वाई बराबर एफ ऑफ एक्स किया, असी एफ ऑफ एक्स की वैल्यू भराए भरी करके की आ गया वाई उल्ट हो गया आ गया फ्री इमेज बने, तो उन्होंने की कहते हैं फंक्शन इज ऑन टू, फंक्शन इज वन वन ऑन टू और प्रोजेक्टिव फंक्शन। ठीक है, तो ये वाला हम तुम कर लेना, ट्राई करो क्वेश्चन, जो कुछ ना पता दस दिन लगा तो पूछ लो, बाकी तुम कल क्वेश्चन की सोल्यूशन जी मिल जूगी वीडियो, उसमें तुम कंप्लीट कर लो। ठीक है, ओके, थैंक यू वेरी मच।